ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਪਰਮਜੀਤ ਸਿੰਘ ਪੱਟੀ ਪਿੰਡ ਡਸਕਾ ਜ਼ਿਲ੍ਹਾ ਸੰਗਰੂਰ ਤਹਿਸੀਲ ਲਹਿਰਾਗਾਗਾ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਆਪਾਂ ਮਰੀਜ਼ਾਂ ਨੂੰ ਮਿਲਦੇ ਆਂ ਜਿਹੜੇ ਛੋਟੀ ਤੋਂ ਲੈ ਕੇ ਵੱਡੀਆਂ ਬਿਮਾਰੀਆਂ ਦੇ ਨਾਲ ਕਈ ਕਈ ਸਾਲਾਂ ਤੋਂ ਜੂਝ ਰਹੇ ਐ ਠੀਕ ਨਹੀਂ ਹੋ ਰਹੇ ਦਵਾਈਆਂ ਖਾ ਕੇ ਅੱਕ ਥੱਕ ਚੁੱਕੇ ਐ ਹੋਰ ਸਰੀਰ ਨੂੰ ਖਰਾਬ ਕਰ ਰਹੇ ਸੋ ਉਹਨਾਂ ਵਾਸਤੇ ਦੇਸੀ ਦਵਾਈਆਂ ਦੇ ਨਾਲ ਆਯੁਰਵੈਦਿਕ ਦਵਾਈਆਂ ਦੇ ਨਾਲ ਹਰ ਐਤਵਾਰ ਨੂੰ ਨਵਜ ਦੇਖ ਕੇ ਗਰੰਟੀ ਦੇ ਨਾਲ ਇਲਾਜ ਕੀਤੇ ਜਾਂਦੇ ਸੋ ਇਹ ਜਿਹੜਾ ਦਸਕਾ ਪਿੰਡ ਹੈ ਇਸ ਸੰਗਰੂਰ ਜ਼ਿਲ੍ਹੇ ਦਾ ਪਿੰਡ ਹੈ ਤਹਿਸੀਲ ਜਿਹੜੀ ਹੈ ਉਹ ਲਹਿਰਾਗਾਗਾ ਹੈ ਨੇੜੇ ਸ਼ਹਿਰ ਬੁੜਲਾਡਾ ਵੀ ਹੈ ਬਰੇਟਾ ਸ਼ਹਿਰ ਵੀ ਨੇੜੇ ਹੈ ਸੁਨਾਮ ਸ਼ਹਿਰ ਵੀ ਨੇੜੇ ਹੈ ਤੇ ਲਹਿਰਾਗਾਗਾ ਵੀ ਨੇੜੇ ਹਰ ਐਤਵਾਰ ਨੂੰ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਆਪਾਂ ਮਰੀਜ਼ਾਂ ਨੂੰ ਮਿਲਦੇ ਆ ਜਿਹੜੇ ਛੋਟੀਆਂ ਤੋਂ ਲੈ ਕੇ ਵੱਡੀਆਂ ਬਿਮਾਰੀਆਂ ਦੇ ਨਾਲ ਕਈ ਕਈ ਸਾਲਾਂ ਤੋਂ ਜੂਝ ਰਹੇ ਆ ਠੀਕ ਨਹੀਂ ਹੋ ਰਹੇ ਦਵਾਈਆਂ ਖਾ ਕੇ ਅੱਕ ਥੱਕ ਚੁੱਕੇ ਆ ਉਹ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਮੈਨੂੰ ਮਿਲ ਕੇ ਆਪਣੀ ਨਵਜ ਦਿਖਾ ਕੇ ਦੇਸੀ ਜੜੀ ਬੂਟੀਆਂ பசਮਾ ਨਾਲ ਬਣੀਆਂ ਹੋਈਆਂ ਦਵਾਈਆਂ ਦੇ ਨਾਲ ਆਪਣੇ ਰੋਗਾਂ ਦਾ ਗਰੰਟੀ ਦੇ ਨਾਲ ਇਲਾਜ ਕਰਵਾ ਸਕਦੇ ਆ ਸੋ ਅੱਜ ਜਿਸ ਬਿਮਾਰੀ ਦੇ ਸਬੰਧ ਦੇ ਵਿੱਚ ਮੈਂ ਤੁਹਾਡੇ ਸਾਹਮਣੇ ਆਇਆ ਉਹਦੇ ਨਾਲ ਤਕਰੀਬਨ ਤਕਰੀਬਨ 60% ਲੋਕ ਅੱਜ ਗ੍ਰਸਤ ਹੋ ਰਹੇ ਨੇ ਕਿਉਂਕਿ ਸਾਡਾ ਖਾਣ ਪੀਣ ਹੀ ਇਦਾਂ ਦਾ ਹੋ ਗਿਆ 버ਗਰ ਪੀਜ ਨਿਊਡਲ ਤੇ ਹੋਰ ਬਹੁਤ ਕੁਝ ਅਸੀਂ ਫਾਸਟ ਫੂਡ ਬਹੁਤ ਖਾਣ ਲੱਗ ਗਏ ਸਾਡਾ ਖਾਣਾ ਪੀਣਾ ਜਿਹੜਾ ਸਿੰਪਲ ਸੀ ਉਹ ਨਹੀਂ ਰਿਹਾ ਤਲਿਆ ਹੋਇਆ ਜ਼ਿਆਦਾੀਆਂ ਚੀਜ਼ਾਂ ਖਾਣ ਲੱਗ ਗਏ ਤੇ ਕੱਚਾ ਕੈਲਸ਼ੀਅਮ ਜ਼ਿਆਦਾ ਖਾਣ ਲੱਗ ਗਏ ਜਿਹਦੇ ਨਾਲ ਸਾਡੇ ਸਰੀਰ ਦੇ ਵਿੱਚ ਜਾ ਕੇ ਫਿਰ ਇਹ ਰੋਗ ਹੈ ਜਿਹੜਾ ਪੈਦਾ ਹੁੰਦਾ ਸੋ ਅੱਜ ਇਸ ਬਿਮਾਰੀ ਦੇ ਸੰਬੰਧ ਵਿੱਚ ਮੈਂ ਤੁਹਾਡੇ ਸਾਹਮਣੇ ਆਇਆ ਉਹ ਹੈ ਪੱਥਰੀ ਚਾਹੇ ਉਹ ਗੁਰਦੇ ਦੇ ਵਿੱਚ ਚਾਹੇ ਉਹ ਪਿਸ਼ਾਬ ਪਾਈਪ ਦੇ ਵਿੱਚ ਚਾਹੇ ਉਹ ਪਿੱਤੇ ਦੇ ਵਿੱਚ ਸੋ ਪੱਥਰੀ ਸਰੀਰ ਦੇ ਵਿੱਚ ਜਿੱਥੇ ਵੀ ਹੈ ਉਹਦਾ ਬਿਲਕੁਲ ਗਰੰਟੀ ਦੇ ਨਾਲ ਇਲਾਜ ਕੀਤਾ ਜਾਂਦਾ ਮੇਰੇ ਤੋਂ ਤੁਸੀਂ ਛਟਾਮ ਤੇ ਲਿਖ ਕੇ ਗਰੰਟੀ ਲੈ ਸਕਦੇ ਹੋ ਇਸ ਚੀਜ਼ ਦੀ 2 ਮਹੀਨੇ ਇਸ ਦਵਾਈ ਨੂੰ ਖਾ ਲਿਓ ਤੁਹਾਡੇ ਸਰੀਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਪੱਥਰੀ ਨਹੀਂ ਰਹੇਗੀ ਤੇ ਕਦੇ ਜ਼ਿੰਦਗੀ ਚ ਦੁਬਾਰੇ ਪੱਥਰੀ ਬਣੇਗੀ ਸੋ ਜਿਹੜੀ ਦਵਾਈ ਹੈ ਉਹ ਮੈਂ ਤੁਹਾਡੇ ਚਰਨਾਂ ਦੇ ਵਿੱਚ ਉਸ ਨੁਕਸੇ ਨੂੰ ਰੱਖਣ ਲੱਗੇ ਆ। ਸੋ ਆਪ ਨੋਟ ਕਰ ਲੋ ਹੋਰਾਂ ਨੂੰ ਅੱਗੇ ਦੱਸਿਆ ਕਰੋ ਵੀਡੀਓ ਨੂੰ ਅੱਗੇ ਸ਼ੇਅਰ ਕਰਿਆ ਕਰੋ। ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਜੋ ਹਰ ਇੱਕ ਵੀਡੀਓ ਤੁਹਾਡੇ ਕੋਲੇ ਪਹਿਲ ਦੇ ਆਧਾਰ ਤੇ ਪਹੁੰਚ ਸਕੇ। ਅੱਗੇ ਭਲਾ ਕਰਿਆ ਕਰੋ। ਸੋ ਇਹ ਜਿਹੜੀ ਪੱਥਰੀ ਦੀ ਦਰਦ ਹੈ ਇਹ ਬੜੀ ਭਿਆਨਕ ਹੁੰਦੀ ਹੈ। ਬੰਦਾ ਮਰਨਾ ਮਨਜ਼ੂਰ ਕਰ ਲੈਂਦਾ ਇਹਦੀ ਦਰਦ ਨਹੀਂ ਸਹਿ ਹੁੰਦੀ। ਸੋ ਇਹ ਵੀਡੀਓ ਉਹਨਾਂ ਲਈ ਵਰਦਾਨ ਹੈ ਉਹਨਾਂ ਲਈ ਇੱਕ ਜੀਵਨ ਦੀ ਚੰਗੀ ਰਾਹ ਦਿਖਾਉਣ ਵਾਸਤੇ ਕਹਿ ਲਓ ਜੀਵਨ ਨੂੰ ਸੁਖੀ ਬਣਾਉਣ ਵਾਸਤੇ ਜਿਨ੍ਹਾਂ ਦੇ ਪੱਥਰੀ ਹੈ ਸੋ ਪੱਥਰੀ ਦਾ ਰੋਗ ਆਪਾਂ ਸਾਰੇ ਜਾਣਦੇ ਆ ਬਹੁਤ ਹੀ ਭਿਆਨਕ ਹੈ ਕਿਉਂਕਿ ਇਹਦੇ ਨਾਲ ਕਈ ਵਾਰੀ ਪਿੱਤੇ ਦੇ ਵਿੱਚ ਹੁੰਦੀ ਹੈ ਤੇ ਫਿਰ ਡਾਕਟਰਾਂ ਕੋਲੇ ਇਹਦਾ ਕੋਈ ਇਲਾਜ ਨਹੀਂ ਪਿੱਤਾ ਕੱਢ ਦਿੰਦੇ ਆ ਗੁਰਦੇ ਦੇ ਵਿੱਚ ਹੋ ਜੇ ਤਾਂ ਆਪਰੇਸ਼ਨ ਕਰ ਦਿੰਦੇ ਆ ਦੁਬਾਰੇ ਫੇਰ ਬਣ ਜਾਂਦੀ ਐ ਸੋ ਇਹਦਾ ਬਹੁਤ ਹੀ ਸਰਲ ਤੇ ਸੌਖਾ ਇਲਾਜ ਤੁਸੀਂ ਘਰੇ ਵੀ ਕਰ ਸਕਦੇ ਹੋ ਘਰੇ ਨਹੀਂ ਬਣਾ ਸਕਦੇ ਦਵਾਈ ਤਾਂ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਤੁਸੀਂ ਮੈਨੂੰ ਮਿਲ ਕੇ ਆਪਣੀ ਨਵਜ ਦਿਖਾ ਕੇ ਗਰੰਟੀ ਦੇ ਨਾਲ ਆਪਣੇ ਰੋਗ ਦਾ ਇਲਾਜ ਕਰਵਾ ਸਕਦੇ ਹੋ ਇਹ ਜਿਹੜੀ ਪੱਥਰੀ ਐ ਇਹਦਾ ਗਰੰਟੀ ਦੇ ਨਾਲ ਇਲਾਜ ਕਰਦੇ ਆ ਅਸੀਂ ਚਾਹੇ ਉਹ ਪਿੱਤੇ ਦੇ ਵਿੱਚ ਐ ਵੀਡੀਓ YouTube ਤੇ ਅਸੀਂ ਪਹਿਲਾਂ ਵੀ ਪਾਈ ਹੈ ਜਿਨ੍ਹਾਂ ਦੀ ਪਿੱਤੇ ਦੇ ਵਿੱਚੋਂ ਪੱਥਰੀਆਂ ਕੱਢੀਆਂ ਨੇ ਗੁਰਦਿਆਂ 'ਚੋਂ ਕੱਢੀਆਂ ਨੇ ਸੋ ਗਰੰਟੀ ਲਿਖਾ ਕੇ ਸਟੈਂਪ ਪੇਪਰ ਤੇ ਲੈ ਸਕਦੇ ਹੋ ਜਿੰਨਾ ਮਰਜ਼ੀ ਪਿੱਤੇ ਦੇ ਵਿੱਚ ਪੱਥਰੀਆਂ ਨੇ ਜਿੰਨੀਆਂ ਮਰਜ਼ੀ ਗੁਰਦੇ ਦੇ ਵਿੱਚ ਪੱਥਰੀਆਂ ਨੇ ਜਿੰਨੀਆਂ ਮਰਜ਼ੀ ਪਿਸ਼ਾਬ ਪਾਈਪ ਦੇ ਵਿੱਚ ਪੱਥਰੀਆਂ ਨੇ ਉਹਨਾਂ ਨੂੰ ਗਰੰਟੀ ਦੇ ਨਾਲ ਤੁਸੀਂ ਘਰ ਦੇ ਵਿੱਚ ਵੀ ਕੱਢ ਸਕਦੇ ਹੋ ਨਹੀਂ ਦਵਾਈ ਬਣਾ ਸਕਦੇ ਤਾਂ ਹਰ ਐਤਵਾਰ ਨੂੰ ਪਿੰਡ ਡਸਕੇ ਚੋਂ ਆ ਕੇ ਲਿਜਾ ਸਕਦੇ ਹੋ ਦਵਾਈ ਨੋਟ ਕਰ ਲਓ ਸਾਰਿਆਂ ਨਾਲੋਂ ਪਹਿਲਾਂ ਇਹ 50-50 ਗ੍ਰਾਮ ਸਾਰੀਆਂ ਚੀਜ਼ਾਂ ਲੈ ਲਓ ਬੇਰ ਪੱਥਰ ਜਿਹੜਾ ਬੇਰ ਪੱਥਰ ਹੈ ਇਹ ਸਾਬਤ ਵੀ ਮਿਲ ਜਾਂਦਾ ਹੈ ਤੇ ਇਹਦੀ ਭਸਮ ਕੀਤੀ ਹੋਈ ਵੀ ਮਿਲ ਜਾਂਦੀ ਹੈ ਕਲਮੀ ਸੋਰਾ ਜੋ ਖਾਰ ਮੂਲੀ ਖਾ ਤੇ ਠਿਕਰੀ ਨੂੰ ਸਾਦਰ ਸੱਜੀ ਖਾਰ ਪਖਾਨ ਭੇਦ ਪਖੜਾ ਵਰਣਸ਼ਾਲ ਨੇਬੂ ਸਤ ਤੇ ਜਵਤਰੀ ਜੈਫਲ ਪਿਤ ਪਾਪੜਾ ਪੁਨਰਨਵਾ ਤੇ ਵਰਨੁਸ਼ਾਲ ਕੁਲਥੀ ਪੁੱਠਕੰਡਾ ਤੇ ਬਲਾਮੂਲ ਇਹ ਸਾਰੀਆਂ ਚੀਜ਼ਾਂ 50 50 ਗ੍ਰਾਮ ਲੈ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਬਰੀਕ ਪੀਸ ਲੈਣਾ ਇਹਨੂੰ ਲੈਣਾ ਜਿਹੜਾ ਉਹ ਲੈਣਾ ਹੈਗਾ ਕੁਲਥੀ ਦੀ ਦਾਲ ਦੇ ਕਾੜੇ ਦੇ ਨਾਲ ਕੁਲਥੀ ਦੀ ਦਾਲ ਪੰਸਾਰੀਆਂ ਤੋਂ ਮਿਲ ਜੂਗੀ ਕਿਲੋ ਡੇਢ ਕਿਲੋ ਲੈ ਲਓ ਇਹਨੂੰ ਪੀਸ ਲਓ ਦੋ ਚਮਚੇ ਕੁਲਥੀ ਦੀ ਦਾਲ ਦੇ ਦੋ ਗਲਾਸ ਪਾਣੀ ਚ ਪਾ ਕੇ ਉਬਾਲ ਲੈਣੇ ਆ ਜਦੋਂ ਇੱਕ ਗਲਾਸ ਰਹਿ ਗਿਆ ਇਹਨੂੰ ਪੁਣ ਕੇ ਇਹਦੇ ਨਾਲ ਇਸ ਕਾੜੇ ਦੇ ਨਾਲ ਇਹ ਜਿਹੜੀ ਆਪਾਂ ਦਵਾਈ ਤਿਆਰ ਕੀਤੀ ਸੀ ਉਹ ਲੈਣੀ ਆ ਇੱਕ ਚਮਚ ਦਵਾਈ ਸਵੇਰੇ ਖਾਲੀ ਪੇਟ ਉਸ ਤੋਂ ਬਾਅਦ ਇੱਕ ਘੰਟਾ ਕੁਝ ਵੀ ਖਾਣਾ ਪੀਣਾ ਨਹੀਂ ਤੇ ਰਾਤ ਨੂੰ ਰੋਟੀ ਤੋਂ ਤਕਰੀਬਨ 2 2.5 ਘੰਟੇ ਪਹਿਲਾਂ ਇਹ ਦਵਾਈ ਹੈ ਜਿਹੜੀ ਇੱਕ ਚਮਚ ਦਵਾਈ ਇਸੇ ਤਰ੍ਹਾਂ ਹੀ ਕੁਲਥੀ ਦਾ ਕੜਾ ਬਣਾ ਕੇ ਉਹਦੇ ਨਾਲ ਲੈਣੀ ਸੋ ਇਹ ਦੋ ਟਾਈਮ ਤੁਸੀਂ ਦਵਾਈ ਲੈਣੀ ਆ ਮੈਂ ਸ਼ਟਾਮ ਪੇਪਰ ਤੇ ਗਰੰਟੀ ਲਿਖ ਕੇ ਦੇਣਾ ਤੁਹਾਡੇ ਸਰੀਰ ਦੇ ਵਿੱਚ ਕਿਸੇ ਵੀ ਜਗ੍ਹਾ ਤੇ ਪੱਥਰੀ ਹੈ ਉਹ 2 ਮਹੀਨਿਆਂ ਦੇ ਵਿੱਚ ਬਿਲਕੁਲ ਖਤਮ ਹੋ ਜਾਂਦੀ ਹੈ ਗੁਰਦੇ ਦੀ ਤੇ 1 ਮਹੀਨੇ ਤੋਂ ਪਹਿਲਾਂ ਪਹਿਲਾਂ ਹੀ ਖਤਮ ਹੋ ਜਾਂਦੀ ਹੈ ਜੇ ਛੋਟੀਆਂ ਨੇ ਜੇ ਵੱਡੀ ਹੈ ਤਾਂ 2 ਮਹੀਨੇ ਹੱਦ 2 ਮਹੀਨੇ ਇਹ ਨੁਕਸਾ ਤੁਸੀਂ ਵਰਤੋਗੇ ਤਾਂ ਇੰਨਾ ਪਾਵਰਫੁਲ ਹੈ ਮਹਾਪੁਰਸ਼ਾਂ ਦਾ ਦੱਸਿਆ ਹੋਇਆ ਸਾਡੇ ॠषि मुਨੀਆਂ ਦਾ ਦੱਸਿਆ ਹੋਇਆ ਇਹ ਨੁਕਸਾ ਹੈ ਤੁਸੀਂ ਇਹਨੂੰ ਵਰਤੋ ਮੈਂ ਛਟਾਮ ਪੇਪਰ ਤੇ ਗਰੰਟੀ ਲਿਖ ਕੇ ਦੇਣ ਨੂੰ ਤਿਆਰ ਹਾਂ ਇਸ ਨੁਕਸੇ ਨਾਲ ਤੁਹਾਡੇ ਸਰੀਰ ਦੇ ਕਿਤੇ ਵੀ ਪੱਥਰੀ ਨਹੀਂ ਰਹੇਗੀ ਤੇ ਨਾ ਹੀ ਦੁਬਾਰੇ ਕਦੇ ਹੋਵੇਗੀ ਸੋ ਇਸ ਵੀਡੀਓ ਨੂੰ ਅੱਗੇ ਜ਼ਰੂਰ ਸ਼ੇਅਰ ਕਰਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਤਾਂ ਜੋ ਕਿਸੇ ਦਾ ਭਲਾ ਹੋ ਸਕੇ ਸੋ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਆਪਾਂ ਮਿਲਦੇ ਆ ਮੈਨੂੰ ਮਿਲ ਕੇ ਨਵਜ ਦਿਖਾ ਕੇ ਆਪਣਾ ਗਰੰਟੀ ਦੇ ਨਾਲ ਕਿਸੇ ਮਰਜ਼ੀ ਰੋਗ ਦਾ ਇਲਾਜ ਬਿਲਕੁਲ ਗਰੰਟੀ ਦੇ ਨਾਲ ਕਰਵਾ ਸਕਦੇ ਹੋ ਤੁਹਾਡਾ ਸਭ ਦਾ ਧੰਨਵਾਦ ਜਿੰਨੇ ਵੀ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ